ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਪ੍ਰੈਸ ਦਾ ਧੰਨਵਾਦੀ ਹਾਂ ਕਿ ਤੁਸੀਂ ਸਾਡੇ ਇੱਕ ਛੋਟੇ ਜਿਹੇ ਸੱਦੇ 'ਤੇ ਸਾਡੇ 'ਚ ਆ ਕੇ ਸਾਡੀ ਜਿਹੜੀ ਕਵਰਿੰਗ ਕਰਦੇ ਹੋ, ਅਸੀਂ ਤਹਿ ਦਿਲੋਂ ਤੁਹਾਡੇ ਧੰਨਵਾਦੀ ਹਾਂ। ਕਿਉਂਕਿ ਅਸੀਂ ਅੱਜ ਵਾਰਡ ਨੰਬਰ 69 ਦਾ ਇੱਥੇ ਇੱਕ ਛੋਟਾ ਜਿਹਾ ਜਿਹੜਾ ਸੀਗਾ ਇੱਕ ਫੰਕਸ਼ਨ ਰੱਖਿਆ ਸੀ, ਪਰ ਬਹੁਤ ਸਾਨੂੰ ਭਰਮਾ ਹੁੰਗਾਰਾ ਮਿਲਿਆ ਕਿਉਂਕਿ ਇਹ ਸਾਡੇ MLA ਸਾਹਿਬ ਦਾ ਪਿਆਰ ਹੈ, ਉਹਨਾਂ ਦੇ ਕੀਤੇ ਕੰਮ ਨੇ, ਇਹ ਸਾਡੇ ਪ੍ਰੈਸ਼ਰ ਪੱਪੀ ਪ੍ਰੈਸ਼ਰ ਜੀ ਦਾ ਪਿਆਰ ਹੈ, ਉਹਨਾਂ ਦਾ ਸੰਯੋਗ ਹੈ, ਇਹ ਸਾਡਾ ਸਾਰਾ ਇਲਾਕਾ ਜੋ ਉਹਨਾਂ ਦੇ ਵਿਚਾਰ ਸੁਣਨ ਵਾਸਤੇ ਇੱਥੇ ਇਕੱਠਾ ਹੋਇਆ ਸੀ ਔਰ ਤੁਸੀਂ ਇੱਥੇ ਆਏ ਹੋ, ਅਸੀਂ ਧੰਨਵਾਦੀ ਹਾਂ। ਦੇਖੋ ਜਿਹੜੀਆਂ ਇਹ ਸਾਡਾ ਬਹੁਤ ਹੀ ਪੋਸ਼ ਇਲਾਕਾ, ਤੁਸੀਂ ਇਹ ਤਾਂ ਜਾਣਦੇ ਹੀ ਹੋ ਇਹ ਵਾਰਡ 'ਚ, ਅਤੇ ਜਿਹੜੀਆਂ ਹੁਣ ਇਲੈਕਸ਼ਨਸ ਆ ਰਹੀਆਂ ਨੇ, ਮੈਂ ਇਹ ਸਮਝਦਾ ਵੀ ਸਾਡਾ ਇਹ ਇਲਾਕਾ ਜਿਹੜਾ ਜੋ ਸਾਨੂੰ ਵਿਸ਼ਵਾਸ ਹੈ ਬਹੁਤ ਭਰਮਾ ਹੰਗਾਰਾ, ਬਹੁਤ ਵੱਧ ਵੋਟਾਂ ਦੇ ਨਾਲ ਅਸੀਂ ਇਸ ਇਲਾਕੇ 'ਚੋਂ ਭਾਜੀ ਹੋਣਾ ਨੂੰ ਜਿਤਾ ਕੇ ਭੇਜਾਂਗੇ ਪੱਪੀ ਪ੍ਰੈਸ਼ਰ ਜੀ ਨੂੰ। ਕਿਉਂ? ਕਿਉਂਕਿ ਲੋਕਾਂ ਨੂੰ ਇੱਕ ਸਮਝ ਆ ਚੁੱਕੀ ਹੈ ਵੀ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਕਿਵੇਂ ਦਿਨ ਰਾਤ ਆਪਣੇ ਕੱਪੜੇ ਬਦਲਦੇ ਨੇ, ਸਵੇਰੇ ਇੱਕ ਪਾਰਟੀ 'ਚ, ਸ਼ਾਮ ਨੂੰ ਦੂਜੀ ਪਾਰਟੀ 'ਚ, ਅਤੇ ਇਹ ਲੇਕਿਨ ਸਾਡੇ ਇਨਸਾਨ ਇਹੋ ਜਿਹੇ ਨੇ ਜਿਹੜੇ ਦਲੇਰ ਨੇ, ਤੱਕੜ ਨੇ, ਇਸ ਕਰਕੇ ਅਸੀਂ ਇਹਨਾਂ ਦੇ ਤਹਿ ਦਿਲੋਂ ਧੰਨਵਾਦੀ ਹਾਂ। ਦੇਖੋ ਜੀ, ਪੱਪੀ ਜੀ ਤੋਂ ਤਾਂ ਸਾਨੂੰ 30 ਸਾਲਾਂ ਤੋਂ ਹੀ ਉਮੀਦਾਂ ਨੇ, ਬਹੁਤ ਅੱਛੇ ਇਨਸਾਨ ਹੈ, ਜਿੱਥੇ ਅਸੀਂ ਆਵਾਜ਼ ਮਾਰੀ ਹੈ ਸਾਡੇ ਨਾਲ ਆ ਕੇ ਖੜ੍ਹੇ ਆ, ਚਾਹੇ ਉਹਨਾਂ ਕੋਲ ਪਾਵਰ ਸੀ ਚਾਹੇ ਪਾਵਰ ਨਹੀਂ ਸੀ, ਅੱਜ ਤਾਂ ਉਹ ਫਿਰ ਬਹੁਤ ਦਲੇਰ ਨੇ, ਅੱਜ ਤਾਂ ਉਹਨਾਂ ਦੀ ਸੈਂਟਰ ਤੱਕ ਆਵਾਜ਼ ਜਾ ਰਹੀ ਹੈ ਔਰ ਜਦੋਂ ਸੈਂਟਰ 'ਚ ਚਲੇ ਗਏ, ਲੋਕ ਸਭਾ 'ਚ ਚਲੇ ਗਏ, ਤਾਂ ਮੈਂ ਸਮਝਦਾ ਲੁਧਿਆਣੇ ਦੀ ਕਾਇਆ ਕਲਪ ਕਰ ਦੇਣਗੇ ਜੀ। ਦੇਖੋ ਇਲਾਕਾ ਵਾਸੀਆਂ ਨੂੰ ਮੈਂ ਬੇਨਤੀ ਕਰਦਾ ਵੀ 1 ਤਰੀਕ ਨੂੰ ਤੁਸੀਂ ਜ਼ੋਰ ਸ਼ੋਰ ਨਾਲ ਝਾੜੂ ਵਾਲੇ ਬਟਨ 'ਤੇ ਜਾ ਕੇ ਝਾੜੂ ਦਾ ਬਟਨ ਦਬਾਓ ਔਰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਓ, ਤਾਂ ਕਿ ਸਾਡੀ ਔਰ ਸਾਡੇ ਇਲਾਕੇ ਦੀ ਜਿਹੜੀ ਹੈ ਇੱਜ਼ਤ ਵੀ ਬਚੂਗੀ ਔਰ ਸਾਡੇ ਵੀਰ ਨੂੰ ਬਹੁਤ ਪਰਗਾਹ ਹਮਾਰਾ ਮਿਲੂਗਾ। ਧੰਨਵਾਦ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਪ੍ਰੈਸ ਦਾ ਧੰਨਵਾਦੀ ਹਾਂ ਕਿ ਤੁਸੀਂ ਸਾਡੇ ਇੱਕ ਛੋਟੇ ਜਿਹੇ ਸੱਦੇ 'ਤੇ ਸਾਡੇ 'ਚ ਆ ਕੇ ਸਾਡੀ ਜਿਹੜੀ ਕਵਰਿੰਗ ਕਰਦੇ ਹੋ, ਅਸੀਂ ਤਹਿ ਦਿਲੋਂ ਤੁਹਾਡੇ ਧੰਨਵਾਦੀ ਹਾਂ। ਕਿਉਂਕਿ ਅਸੀਂ ਅੱਜ ਵਾਰਡ ਨੰਬਰ 69 ਦਾ ਇੱਥੇ ਇੱਕ ਛੋਟਾ ਜਿਹਾ ਜਿਹੜਾ ਸੀਗਾ ਇੱਕ ਫੰਕਸ਼ਨ ਰੱਖਿਆ ਸੀ, ਪਰ ਬਹੁਤ ਸਾਨੂੰ ਭਰਮਾ ਹੁੰਗਾਰਾ ਮਿਲਿਆ ਕਿਉਂਕਿ ਇਹ ਸਾਡੇ MLA ਸਾਹਿਬ ਦਾ ਪਿਆਰ ਹੈ, ਉਹਨਾਂ ਦੇ ਕੀਤੇ ਕੰਮ ਨੇ, ਇਹ ਸਾਡੇ ਪ੍ਰੈਸ਼ਰ ਪੱਪੀ ਪ੍ਰੈਸ਼ਰ ਜੀ ਦਾ ਪਿਆਰ ਹੈ, ਉਹਨਾਂ ਦਾ ਸੰਯੋਗ ਹੈ, ਇਹ ਸਾਡਾ ਸਾਰਾ ਇਲਾਕਾ ਜੋ ਉਹਨਾਂ ਦੇ ਵਿਚਾਰ ਸੁਣਨ ਵਾਸਤੇ ਇੱਥੇ ਇਕੱਠਾ ਹੋਇਆ ਸੀ ਔਰ ਤੁਸੀਂ ਇੱਥੇ ਆਏ ਹੋ, ਅਸੀਂ ਧੰਨਵਾਦੀ ਹਾਂ। ਦੇਖੋ ਜਿਹੜੀਆਂ ਇਹ ਸਾਡਾ ਬਹੁਤ ਹੀ ਪੋਸ਼ ਇਲਾਕਾ, ਤੁਸੀਂ ਇਹ ਤਾਂ ਜਾਣਦੇ ਹੀ ਹੋ ਇਹ ਵਾਰਡ 'ਚ, ਅਤੇ ਜਿਹੜੀਆਂ ਹੁਣ ਇਲੈਕਸ਼ਨਸ ਆ ਰਹੀਆਂ ਨੇ, ਮੈਂ ਇਹ ਸਮਝਦਾ ਵੀ ਸਾਡਾ ਇਹ ਇਲਾਕਾ ਜਿਹੜਾ ਜੋ ਸਾਨੂੰ ਵਿਸ਼ਵਾਸ ਹੈ ਬਹੁਤ ਭਰਮਾ ਹੰਗਾਰਾ, ਬਹੁਤ ਵੱਧ ਵੋਟਾਂ ਦੇ ਨਾਲ ਅਸੀਂ ਇਸ ਇਲਾਕੇ 'ਚੋਂ ਭਾਜੀ ਹੋਣਾ ਨੂੰ ਜਿਤਾ ਕੇ ਭੇਜਾਂਗੇ ਪੱਪੀ ਪ੍ਰੈਸ਼ਰ ਜੀ ਨੂੰ। ਕਿਉਂ? ਕਿਉਂਕਿ ਲੋਕਾਂ ਨੂੰ ਇੱਕ ਸਮਝ ਆ ਚੁੱਕੀ ਹੈ ਵੀ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਕਿਵੇਂ ਦਿਨ ਰਾਤ ਆਪਣੇ ਕੱਪੜੇ ਬਦਲਦੇ ਨੇ, ਸਵੇਰੇ ਇੱਕ ਪਾਰਟੀ 'ਚ, ਸ਼ਾਮ ਨੂੰ ਦੂਜੀ ਪਾਰਟੀ 'ਚ, ਅਤੇ ਇਹ ਲੇਕਿਨ ਸਾਡੇ ਇਨਸਾਨ ਇਹੋ ਜਿਹੇ ਨੇ ਜਿਹੜੇ ਦਲੇਰ ਨੇ, ਤੱਕੜ ਨੇ, ਇਸ ਕਰਕੇ ਅਸੀਂ ਇਹਨਾਂ ਦੇ ਤਹਿ ਦਿਲੋਂ ਧੰਨਵਾਦੀ ਹਾਂ। ਦੇਖੋ ਜੀ, ਪੱਪੀ ਜੀ ਤੋਂ ਤਾਂ ਸਾਨੂੰ 30 ਸਾਲਾਂ ਤੋਂ ਹੀ ਉਮੀਦਾਂ ਨੇ, ਬਹੁਤ ਅੱਛੇ ਇਨਸਾਨ ਹੈ, ਜਿੱਥੇ ਅਸੀਂ ਆਵਾਜ਼ ਮਾਰੀ ਹੈ ਸਾਡੇ ਨਾਲ ਆ ਕੇ ਖੜ੍ਹੇ ਆ, ਚਾਹੇ ਉਹਨਾਂ ਕੋਲ ਪਾਵਰ ਸੀ ਚਾਹੇ ਪਾਵਰ ਨਹੀਂ ਸੀ, ਅੱਜ ਤਾਂ ਉਹ ਫਿਰ ਬਹੁਤ ਦਲੇਰ ਨੇ, ਅੱਜ ਤਾਂ ਉਹਨਾਂ ਦੀ ਸੈਂਟਰ ਤੱਕ ਆਵਾਜ਼ ਜਾ ਰਹੀ ਹੈ ਔਰ ਜਦੋਂ ਸੈਂਟਰ 'ਚ ਚਲੇ ਗਏ, ਲੋਕ ਸਭਾ 'ਚ ਚਲੇ ਗਏ, ਤਾਂ ਮੈਂ ਸਮਝਦਾ ਲੁਧਿਆਣੇ ਦੀ ਕਾਇਆ ਕਲਪ ਕਰ ਦੇਣਗੇ ਜੀ। ਦੇਖੋ ਇਲਾਕਾ ਵਾਸੀਆਂ ਨੂੰ ਮੈਂ ਬੇਨਤੀ ਕਰਦਾ ਵੀ 1 ਤਰੀਕ ਨੂੰ ਤੁਸੀਂ ਜ਼ੋਰ ਸ਼ੋਰ ਨਾਲ ਝਾੜੂ ਵਾਲੇ ਬਟਨ 'ਤੇ ਜਾ ਕੇ ਝਾੜੂ ਦਾ ਬਟਨ ਦਬਾਓ ਔਰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਓ, ਤਾਂ ਕਿ ਸਾਡੀ ਔਰ ਸਾਡੇ ਇਲਾਕੇ ਦੀ ਜਿਹੜੀ ਹੈ ਇੱਜ਼ਤ ਵੀ ਬਚੂਗੀ ਔਰ ਸਾਡੇ ਵੀਰ ਨੂੰ ਬਹੁਤ ਪਰਗਾਹ ਹਮਾਰਾ ਮਿਲੂਗਾ। ਧੰਨਵਾਦ।